ਹਾਂਜੀ, ਕਿਵੇਂ ਹੋ ਤੁਸੀਂ ਸਾਰੇ ਜਣੇ? ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਫਿਓਨਾ ਸੈਮ ਪੰਜਾਬੀ ਤੇ। ਤੇ ਮੈਂ ਸਵੇਰੇ ਸਵੇਰੇ ਅੱਜ ਜਲਦੀ ਜਲਦੀ ਉੱਠ ਕੇ ਜੈਵੂ ਨੂੰ ਤਿਆਰ ਕਰਕੇ ਤਾਂ ਮੈਂ ਬਸ ਕੱਲ੍ਹ ਵਾਲੇ ਕੱਪੜੇ ਪਾ ਕੇ ਅਤੇ ਆਪਾਂ ਜਾਣਾ ਸੀ ਟੀਕਾ ਲਗਾਉਣ, ਅਤੇ ਸੈਮ ਉੱਠੇ ਨਹੀਂ ਹੈਗੇ, ਉਹਨਾਂ ਨੂੰ ਉਠਾਲਦੀ ਪਈ ਹਾਂ। ਅਤੇ ਜੈਵੂ ਸਾਡੀ ਨੂੰ ਮੈਂ ਐਨ ਟਿਪ ਟੋਪ ਰੈਡੀ ਕਰ ਦਿੱਤਾ, ਮੈਂ ਹਜੇ ਤਿਆਰ ਨਹੀਂ ਹੋਈ, ਮੈਂ ਆ ਕੇ ਹੋਊਂਗੀ। ਮੇਰਾ ਬਹੁਤ ਜ਼ਿਆਦਾ ਮਨ ਕਰਦਾ ਪਿਆ ਸੀ ਪਾਸਤਾ ਖਾਣ ਨੂੰ, ਇਹ ਹੈਗਾ ਆ ਆਟੇ ਵਾਲਾ ਪਾਸਤਾ, ਅਤੇ ਥੋੜ੍ਹਾ ਜਿਹਾ ਲਿਆਂਦਾ ਸੀ। ਸੈਮ ਕਹਿੰਦੇ ਮੈਂ ਨਹੀਂ ਖਾਣਾ, ਅਤੇ ਮੈਂ ਇੱਧਰ ਆਪਣੀ ਸਬਜ਼ੀਆਂ ਕੱਟ ਲਈਆਂ ਆ, ਸ਼ਿਮਲਾ ਮਿਰਚ, ਟਮਾਟਰ ਅਤੇ ਪਿਆਜ ਅਤੇ ਹਰੀ ਮਿਰਚ, ਤੜਕਾ ਲਗਾਈਏ ਅਤੇ ਆਪਣਾ ਪਾਸਤਾ ਕਰੀਏ ਤਿਆਰ। ਪਾਸਤੇ ਨੂੰ ਲਗਾ ਲਿਆ ਆਪਾਂ ਤੜਕਾ, ਅਤੇ ਬਸ ਤੜਕਾ ਹੋ ਜਾਵੇ ਅਤੇ ਪਾਸਤਾ ਹੋ ਗਿਆ ਆ, ਉਬਲ ਗਿਆ, ਧੋ ਵੀ ਲਿਆ ਇਹਨੂੰ ਠੰਡੇ ਪਾਣੀ 'ਚ, ਅਤੇ ਬਸ ਇਹਦੇ ਵਿੱਚ ਪਾਉਣਾ ਆ ਅਤੇ ਬਸ ਸਾਡਾ ਪਾਸਤਾ ਬਣ ਕੇ ਹੋ ਜਾਣਾ ਤਿਆਰ ਸ਼ਿਆਰ। 1 2 3 ਪਾਸਤਾ ਤਿਆਰ, ਖਾਈਏ ਪੀਏ ਐਸ਼ ਕਰੀਏ ਗਰਮਾ ਗਰਮ ਪਾਸਤਾ, ਖਾ ਕੇ ਪਤਾ ਲੱਗੂ ਕਿੱਦਾਂ ਦਾ ਬਣਿਆ। ਹੁਣ ਸ਼ਕਲੋਂ ਤਾਂ ਸੋਹਣਾ ਲੱਗਦਾ ਆ, ਜੈਵੂ ਟੇਸਟ ਕਰੂਗੀ ਕਿੱਦਾਂ ਦਾ ਬਣਿਆ ਤੇ ਕਿੱਦਾਂ ਦਾ ਨਹੀਂ ਬਣਿਆ। ਦੱਸੋ ਜੈਵੂ ਕਿੱਦਾਂ ਦਾ ਬਣਿਆ ਪਾਸਤਾ? ਆਟੇ ਵਾਲਾ ਹੈ ਪਾਸਤਾ, ਇਹ ਉਹ ਨਹੀਂ ਹੈਗਾ, ਮੈਦੇ ਵਾਲਾ ਪਾਸਤਾ ਨਹੀਂ ਹੈਗਾ, ਸਪੈਸ਼ਲ ਲਿਆਂਦਾ ਸੀ, ਕੋਈ ਰਿਐਕਸ਼ਨ ਨਹੀਂ ਦਿੱਤਾ। ਮੈਂ ਖਾ ਕੇ ਦੱਸਦੀ ਹਾਂ। ਸਵਾਲ ਬਣਿਆ ਪਾਸਤਾ ਖਾ ਕੇ ਮੈਂ ਤੇ ਜੈਵਿਕਾ ਦੋਨੇ ਜਾਣੀਆਂ ਸੋ ਗਈਆਂ ਸੀ, ਹੈ ਨਾ ਜੈਵੂ? ਸਾਨੂੰ ਬਹੁਤ ਜ਼ਿਆਦਾ ਨੀਂਦ ਆਈ ਆ, ਹੁਣ ਆਪਾਂ ਉੱਠੇ ਜਾ ਕੇ 4 ਵਜੇ, ਅਤੇ ਫਿਰ ਕੱਪੜੇ ਧੋਣੇ ਪਏ ਸੀ, ਉਹ ਧੋਤੇ, ਅਤੇ ਹੁਣ ਹਾਂਜੀ ਓਹੋ 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 ਅਤੇ ਚਾਦਰ ਵਿਛਾਈਏ, ਚਾਦਰ ਇਕੱਠੀ ਕਰਕੇ ਜੈਵਿਕਾ ਨੇ ਰੱਖੀ ਹੋਈ ਹੈ ਸਾਈਡ 'ਤੇ, ਜੋ ਕਿ ਕਰਦੀ ਹੁੰਦੀ ਹੈ, ਅਤੇ ਰੋਟੀ ਪਾਣੀ ਰਾਤ ਦਾ ਦੇਖੀਏ। ਅਤੇ ਅੱਜ ਮੈਂ ਜੈਵਿਕਾ ਦੇ ਕੱਢਣੇ ਆ ਕੱਪੜੇ, ਕੀ ਕੱਢਣੇ ਆ, ਹਾਂਜੀ ਗਰਮੀਆਂ ਵਾਲੇ ਕੱਪੜੇ ਕੱਢਣੇ ਆ, ਛੋਟੇ ਛੋਟੇ, ਓਏ 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 ਓਏ, ਗਰਮੀਆਂ ਵਾਲੇ ਕੱਪੜੇ ਕੱਢਣੇ ਅਤੇ ਸਿਆਲਾਂ ਵਾਲੇ ਚੁੱਕ ਕੇ ਰੱਖ ਦੇਣੇ ਆ, ਦੇਖਦੇ ਕਿੰਨੇ ਕੁ ਨਿਕਲਦੇ, ਇੱਕ ਦੋ ਸੂਟ ਹੀ ਨਿਕਲਣੇ ਆ, ਬਾਕੀ ਬੇਬੀ ਲਈ ਕੰਮ ਆ ਜਾਣੇ ਸਾਰੇ, ਜਿੰਨੇ ਵੀ ਕੱਪੜੇ ਹੋਣੇ ਇਹਦੇ ਛੋਟੇ ਛੋਟੇ, ਤੁਹਾਨੂੰ ਦਿਖਾਊਂਗੀ ਅੱਜ ਮੈਂ। ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦੇ ਲਈ ਇੱਕ ਅਰਨਿੰਗ ਐਪਲੀਕੇਸ਼ਨ ਲੈ ਕੇ ਆਇਆ ਹੋਇਆ ਹੈ, ਜਿਹਦੇ ਨਾਲ ਤੁਸੀਂ ਘਰ ਬੈਠੇ ਬੈਠੇ ਹੀ ਬਹੁਤ ਸਾਰੇ ਪੈਸੇ ਕਮਾ ਸਕਦੇ ਹੋ। ਉਹਦਾ ਲਿੰਕ ਦਿੱਤਾ ਗਿਆ ਹੈ ਕਮੈਂਟ ਬਾਕਸ ਵਿੱਚ ਅਤੇ ਡਿਸਕ੍ਰਿਪਸ਼ਨ ਦੇ ਵਿੱਚ, ਸੋ ਜਲਦੀ ਜਾਓ, ਜਾ ਕੇ ਲਿੰਕ ਤੋਂ ਕਲਿੱਕ ਕਰਕੇ ਡਾਊਨਲੋਡ ਕਰੋ, ਅਤੇ ਆਪਾਂ ਹੁਣ ਚੱਲਦੇ ਹਾਂ ਗੇਮ ਦੇ ਵਿੱਚ। ਤੁਹਾਨੂੰ ਮੈਂ ਦੱਸਦਾ ਹਾਂ ਕਿੱਦਾਂ ਘਰ ਬੈਠੇ ਬੈਠੇ ਬਹੁਤ ਸਾਰੇ ਪੈਸੇ ਆਪਾਂ ਜਿੱਤ ਸਕਦੇ ਹਾਂ। ਰਜਿਸਟਰ ਕਰਦੇ ਤੁਹਾਨੂੰ 41 ਰੁਪੀਜ਼ ਦਾ ਬੋਨਸ ਮਿਲੂਗਾ, ਅਤੇ ਤੁਸੀਂ ਰਿਚਾਰਜ ਵੀ ਕਰ ਸਕਦੇ ਹੋ, 50 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ। ਅਤੇ ਹੁਣ ਆਪਾਂ ਚੱਲਦੇ ਹਾਂ ਗੇਮ ਦੇ ਵਿੱਚ, ਅਤੇ ਆਪਾਂ ਦੇਖ ਸਕਦੇ ਹਾਂ ਕਿੰਨੀਆਂ ਸਾਰੀਆਂ ਇੱਥੇ ਗੇਮਸ ਆ, ਅਤੇ ਆਹ ਦੇਖੋ ਕਿੰਨੇ ਲੋਕ ਇੱਥੇ ਸਾਰੇ ਗੇਮਸ ਖੇਲ ਰਹੇ ਆ, ਠੀਕ ਆ, ਬਹੁਤ ਮਜ਼ਾ ਆ ਰਿਹਾ ਗੇਮ ਖੇਲ ਕੇ। ਅਤੇ ਮੇਰੀ ਫੇਵਰੇਟ ਹੈਗੀ ਜਿਹੜੀ ਗੇਮ ਆਪਾਂ ਉੱਥੇ ਚੱਲਦੇ ਹਾਂ, ਮੇਰੀ ਫੇਵਰੇਟ ਗੇਮ ਆ ਲੱਕੀ ਫਰੂਟ, ਇਹਨੂੰ ਖੇਲਣਾ ਬਹੁਤ ਹੀ ਜ਼ਿਆਦਾ ਸੌਖਾ, ਬਸ ਆਪਾਂ ਸਪਿਨ 'ਤੇ ਕਲਿੱਕ ਕਰਨਾ, ਠੀਕ ਹੈ, ਅਤੇ ਆਹ ਦੇਖੋ 3 ਵਾਈਲਡ ਆ ਗਏ, ਅਤੇ ਆਪਾਂ ਜਿੱਤ ਚੁੱਕੇ ਹਾਂ, ਠੀਕ ਆ, ਕੁਛ ਨਹੀਂ ਕਰਨਾ ਹੈਗਾ, ਬਸ ਆਪਾਂ ਸਿੰਪਲੀ ਸਪਿਨ ਕਰਨਾ, ਤਾਂ ਆਪਾਂ ਪੈਸੇ ਜਿੱਤ ਚੁੱਕੇ ਹਾਂ। ਦੇਖੋ ਕਿੰਨਾ ਜ਼ਿਆਦਾ ਈਜ਼ੀ ਹੈ ਇਹਨੂੰ ਖੇਲਣਾ। ਕੱਲ ਮੈਂ ਰੇਡੂ ਬਣਾਇਆ ਸੀ, ਜੈਵਿਕਾ ਨੂੰ ਬਹੁਤ ਜ਼ਿਆਦਾ ਪਸੰਦ ਆਇਆ, ਅਤੇ ਅੱਜ ਮੈਂ ਫਿਰ ਰੇਡੂ ਬਣਾਉਂਗੀ, ਸ਼ਿਮਲਾ ਮਿਰਚਾਂ 'ਚ ਸਬਜ਼ੀ ਪਈ ਹੋਈ ਆ, ਅਤੇ ਨਾਲ ਬਣਾਉਂਦੇ ਰੋਟੀ। ਸਭ ਤੋਂ ਪਹਿਲਾਂ ਕਿਚਨ 'ਚ ਚੱਲੀਏ ਰੇਡੂ ਅਤੇ ਰੋਟੀ ਬਣਾਈਏ, ਉਸ ਤੋਂ ਬਾਅਦ ਫਿਰ ਕੱਪੜੇ ਕੱਢ ਦੇ ਜੈਵੂ ਦੇ। ਅਤੇ ਅੱਜ ਸਾਰਾ ਦਿਨ ਨਿੰਦੇ ਚੱਲ ਗਿਆ, ਨਾ ਮੈਂ ਨਹਾਤੀ ਅਤੇ ਨਾ ਹੀ ਮੈਂ ਕੱਪੜੇ ਚੇਂਜ ਕੀਤੇ। ਪਹਿਲਾਂ ਨਹੀਂ ਇੱਦਾਂ ਹੁੰਦਾ ਸੀ, ਜਦੋਂ ਦੀ ਪ੍ਰੈਗਨੈਂਟ ਆ ਨਾ, ਥੋੜ੍ਹੀ ਜਿਹੀ ਆਲਸ ਬਹੁਤ ਆਉਂਦੀ ਆ, ਜਿੱਦਾਂ ਕਦੀ ਕਦੀ ਮੇਰਾ ਮਨ ਨਹੀਂ ਕਰਦਾ। ਚਲੋ ਜੀ, ਰੋਟੀ ਰੋਟੀ ਆਪਾਂ ਹੁਣ ਬਣਾ ਲਈ ਹੈ, ਅਤੇ ਹੁਣ ਕਾਹਦੀਆਂ ਤਿਆਰੀਆਂ ਹੋ ਰਹੀਆਂ ਜੀ? ਰੇਡੂ ਦੀਆਂ।
ਰੋਜ਼ ਰੇਡੀਓ ਖਾਈ ਆ ਨਾ ਹਣਾ ਸ਼ਿਮਲਾ ਮਿਰਚ ਦੀ ਪਈ ਆ ਜੈ ਵੀ ਤੁਹਾਨੂੰ ਪਸੰਦ ਆਇਆ ਸੀ ਕੱਲ ਆ ਚੂਰ ਚੂਰ ਖਾਣ ਲੱਗੀ ਸੀ ਰੋਟੀਆਂ ਖੱਟਾ ਮਿੱਠਾ ਜਿਹਾ ਅੰਬ ਦੀ ਬਣਦੀ ਹੁੰਦੀ ਉਹ ਵੀ ਨੀ ਪਸੰਦ ਇੰਨੀ ਹਾਂ ਉਹ ਵੀ ਨੀ ਪਸੰਦ ਇੰਨੀ ਮਲਾਂਜੀ ਤੇ ਚਲੋ ਫੇਰ ਠੀਕ ਮਿੱਠੀ ਮਿੱਠੀ ਹੋਵੇ ਤਾਂ ਪਸੰਦ ਆ ਮੈਨੂੰ ਵੀ ਨੀ ਆਉਂਦੀ ਬਣਾਉਣੀ ਚੀਜ਼ਾਂ ਪਸੰਦ ਆਣੀਆਂ ਮੈਨੂੰ ਵੀ ਨਾਲ ਖਾਣੀਆਂ ਪੈਂਦੀਆਂ ਖੱਟੇ ਮਿੱਠੀਆਂ ਚੱਲ ਬਣਾ ਲਓ ਨਾਲੇ ਹੋਮ ਟੂਰ ਦਿੱਤਾ ਆਪਾਂ ਖਰੇ ਛੋਟਾ ਜਿਹਾ ਦਿੱਤਾ ਕੱਲ ਹੋਮ ਟੂਰ ਹੈ ਨਾ ਛੋਟਾ ਜਿਹਾ ਤਿਆਰ ਕਰਕੇ ਦੇ ਦੇਵਾਂਗੇ ਚਲੋ ਨਹਾ ਧੋਤੇ ਆਪਣੇ ਬਾਲ ਬੂਲ ਆਪਣੇ ਧੋਤੇ ਹੋਏ ਆ ਰੇੜੂ ਦੇ ਵਿਚ ਸਿਰਫ ਮੈਂ 2 ਮਿਰਚਾਂ ਪਾਈਆਂ ਆ ਤੇ ਬਸ ਹੋਰ ਕੁਛ ਨੀ ਪਾਇਆ ਜਿਆਦਾ ਮਸਾਲੇ ਵੀ ਨੀ ਪਾਏ ਕਿਉਂਕਿ ਜੈਵਿਕਾ ਨੇ ਵੀ ਖਾਣਾ ਹੁੰਦਾ ਗਰਮਾ ਗਰਮ ਰੇੜੂ ਬਣ ਕੇ ਹੋ ਗਿਆ ਸਾਡਾ ਤਿਆਰ ਹੁਣ ਰੋਟੀ ਖਾਈਏ ਤੇ ਨਾਲ ਹੈਗੀ ਸ਼ਿਮਲਾ ਮਿਰਚਾਂ ਦੀ ਸਬਜ਼ੀ ਜੈਵਿਕਾ ਦਾ ਰਿਐਕਸ਼ਨ ਚੈੱਕ ਕਰਿਓ ਰੇੜੂ ਦੇਖ ਕੇ ਦੇਖੀ ਜਾਇਓ ਟੀਵੀ ਦੇਖਦੀ ਪਈ ਅੰਦਰ ਜੈਵੂ ਚਲੋ ਉੱਠੋ ਰੇੜੂ ਆ ਬਣ ਗਿਆ ਆਂਦੇ ਰੇੜੂ ਬਣਾਇਆ ਉੱਠੋ ਉੱਠੋ ਤੇ ਕਿੱਦਾਂ ਉੱਠੀ ਰੇੜੂ ਆ ਤੁਹਾਡਾ ਫੇਵਰੇਟ ਆ ਜਾਓ ਚਾਦਰ ਇਕੱਠੀ ਕੀਤੀ ਹੋਈ ਆ ਰੇੜੂ ਹਾਏ ਕਿੱਦਾਂ ਲੱਗਾ ਖਾਈਏ ਰੋਟੀ ਰੇੜੂ ਨਾਲ ਹਾਏ 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 ਖੁਸ਼ੀ ਰੇੜੂ ਦੇਖ ਕੇ ਆਏ ਦੀ ਹੈਂਡ ਵਾਸ਼ ਕਰੋ ਤੇ ਖਾਈਏ ਰੋਟੀ ਰੁਕੇ 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 ਮੈਂ ਖਲੋਂਦੀ ਆ ਮੈਂ ਖਲੋਂਦੀ ਰੁਕਿਓ ਮੈਂ ਆ ਗਈ ਮੰਮਾ ਆ ਗਏ ਇਸ ਦਿਨ ਦਾ ਬਹੁਤ ਜ਼ਿਆਦਾ ਇੰਤਜ਼ਾਰ ਸੀ ਜਦੋਂ ਸਾਡਾ ਜੈਵੂ ਕਾਕਾ ਨੇ ਝਾਂਜਰਾ ਪਾਉਣੀਆਂ ਸੀ ਆਪਣੇ ਪੈਰਾਂ 'ਚ ਨਿੱਕੀਆਂ ਨਿੱਕੀਆਂ ਪੈਰਾਂ 'ਚ ਐਂਡ ਫਿੱਟ ਆਈਆਂ ਆ ਜਦੋਂ ਹੋਈ ਸੀ ਉਦੋਂ ਲਈਆਂ ਸੀ ਹੋਣ ਜਾ ਕੇ ਆਈਆਂ ਹਾਂਜੀ ਕੰਗਨ ਆਪਾਂ ਚੇਂਜ ਕਰਾ ਲਏ ਸੀ ਇਹਦੇ ਪਹਿਲਾਂ ਕੋਈ ਹੋਰ ਪਾਏ ਸੀ ਫਿਰ ਛੋਟੇ ਹੋ ਗਏ ਸੀ ਹੁਣ ਆਪਾਂ ਚੇਂਜ ਕਰਵਾ ਕੇ ਵੱਡੇ ਲੈ ਲਏ ਸੀ ਇਹ ਵੀ ਪਹਿਲਾਂ ਲੈ ਕੇ ਰੱਖੇ ਸੀ ਅੱਜ ਪਾਏ ਹੁਣ ਕਿਉਂਕਿ ਸਿਆਲ ਆ ਗਏ ਸੀ ਫਿਰ ਕੋਟੀ ਵਿੱਚ ਫਸਦੇ ਆ ਗਰਮੀਆਂ 'ਚ ਵਧੀਆ ਰਹਿੰਦੇ ਝਾਂਜਰਾ ਤੇ ਹੁਣ ਕੰਗਨ ਮੇਰੇ ਪੋਤਰੇ ਲੋੜੇ ਨਹੀਂ ਆਪਾਂ ਆਲੂ ਚੁੱਕ ਕੇ ਲਈ ਆਈਏ ਸ਼ੂਜ਼ ਚੁੱਕ ਕੇ ਰੱਖਾਂ ਗੰਦੇ ਲੱਗਦੇ ਆ ਤੇ ਆਹ ਵੀ LED ਬੈਨਰ ਅੱਜ ਸਾਡਾ ਆ ਜਾਣਾ ਆ ਜੈਵਿਕਾ ਲੱਗੀ ਹੋਈ ਐਕਸਪੈਰੀਮੈਂਟ ਕਰਨ ਤੇ ਮੈਂ ਪਿੱਛੇ ਕੱਪੜੇ ਸੁੱਕਣੇ ਪਾਏ ਹੋਏ ਆ ਝਾੜੂ ਪੋਚਾ ਸਾਰਾ ਕੁਛ ਪਿੱਛੇ ਰੱਖ ਲਿਆ ਆ ਤੁਹਾਨੂੰ ਦੱਸਿਆ ਸ਼ੂਜ਼ ਰੈਕ ਹੈ ਨਹੀਂ ਉਹ ਬਣੇ ਇਸ ਕਰਕੇ ਸ਼ੂਜ਼ ਪਿੱਛੇ ਰੱਖੇ ਹੋਏ ਆ ਇਹਦੇ ਵਿੱਚ ਅੱਧੇ ਸ਼ੂਜ਼ ਨਾ ਮਤਲਬ ਕਿ ਬਹੁਤ ਜ਼ਿਆਦਾ ਉਹ ਆ ਮਾੜੀ ਹਾਲਤ ਆ ਉਹ ਦੇਖਦੇ ਆ ਕੀ ਕਰਨਾ ਲੇਕਿਨ ਹਜੇ ਇੱਥੇ ਮਸ਼ੀਨ ਲਾਉਣੀ ਆ ਵਾਸ਼ਿੰਗ ਮਸ਼ੀਨ ਲੇਕਿਨ ਹਜੇ ਜਿਹਦੇ ਅੰਦਰ ਪਏ ਹੋਏ ਆ ਅੰਦਰ ਸ਼ੂਜ਼ ਉਹ ਵੀ ਇੱਥੇ ਚੱਕ ਕੇ ਰੱਖ ਦੇਵਾਂ ਬਾਅਦ 'ਚ ਜਦੋਂ ਕਰਾਉਣੇ ਹੋਣਗੇ ਫਿਰ ਕਰਾ ਲਵਾਂਗੇ ਸੈੱਟ ਵੈੱਟ ਹਾਂਜੀ ਬੀਬੀ ਬਣ ਕੇ ਬੈਠੇ ਹੋਏ ਤੁਸੀਂ ਮੈਡਮ ਬਣੇ ਹੋਏ ਆ ਸਕੂਲ ਵਾਲੀ ਮਾਸਟਰਨੀ ਜੀ ਕੀ ਕਰਦੀ ਪਈ ਆ ਯਾਰ ਕੱਪੜੇ ਦੇਖਦੀ ਪਈ ਆ ਕੋਟਸੀ ਵਾਲੇ ਚ ਕੱਪੜੇ ਕੱਢੇ ਤੇ ਉਹਦਾ ਨਾਮ
ਮੈਂ ਕੱਪੜੇ ਕੱਢਣੇ ਸੀ ਜੈਬੂ ਦੇ ਤੇ ਆਹ ਮਿਲਿਆ ਮੈਨੂੰ ਬਸ ਸਿਰਫ ਇੱਕ ਆਹ ਮਿਲਿਆ ਫਰੋਕ ਮਿਲੀ ਜੈਬੂ ਦੀ ਇੱਕ ਆਹ ਇਹ ਤਾਂ ਜੈਬੂ ਦੀ ਪਾਈ ਫਿਰਦੀ ਵੀ ਬਹੁਤ ਸੋਹਣੀ ਲੱਗਦੀ ਹੈ ਜੈਬੂ ਜੀ ਦੀ ਪਾਈ ਫਿਰਦੀ ਹੈ ਇਹ ਵੀ ਪੂਰੀ ਫਿਟਿੰਗ ਆ ਉਹਦੇ ਆਹੋ ਪਿਛਲੇ ਵਾਰ ਵਾਲੇ ਕੱਪੜੇ ਆ ਇਹ ਵੀ ਫਿਟਿੰਗ ਆ ਤੇ ਇੱਕ ਆਹ ਇਹ ਮੈਨੂੰ ਔਖਾ ਲੱਗ ਰਿਹਾ ਸਕਰਟ ਬਹੁਤ ਨਿੱਕੀ ਜਿਹੀ ਹੈ ਹਾਂ ਇਹਦੀ ਸਕਰਟ ਛੋਟੀ ਆ ਸਕਰਟ ਕੋਈ ਹੋਰ ਪਾ ਦਿਓ ਇਹਦੀ ਸਕਰਟ ਬਣ ਸਕਦੀ ਯਾਰ ਹਾਂ ਹਨਾ ਸੋਹਣੀ ਲੱਗਦੀ ਸਾਬ ਆਹ ਕੱਪੜੇ ਆ ਜਿਹੜੀ ਅੱਜ ਪਾਈ ਤਾਂ ਬਹੁਤ ਪਿਆਰੀ ਲੱਗਦੀ ਪਈ ਸੀ ਉਹ ਸੀ ਛੋਟੇ ਕੱਪੜੇ ਸੀ ਮੈਂ ਕੱਢਦੀ ਪਈ ਆ ਹੁਣ ਇਹਦੀ ਫਿਟਿੰਗ ਆ ਰਹੀ ਆ ਹੁਣ ਇਹਦੇ ਦਚਾਂ ਦੇ ਝੁੰਝਰੇ ਪਾਈਆਂ ਬਹੁਤ ਸੋਹਣੀ ਲੱਗਦੀ ਪਈ ਆ ਬਾਗੀ ਅੰਦਰ ਲੱਗੀ ਹੋਈ ਆ ਆਹ ਤਾਂ ਨਹੀਂ ਆਣੀ ਮੈਨੂੰ ਲੱਗਦਾ ਇਹ ਨਹੀਂ ਹੋਣੇ ਸਾਬ ਇਹ ਆਉਗੇ ਹੁਣ ਬੇਬੀ ਦੇ ਆਉਣ ਵਾਲੇ ਕਾਕੇ ਦੇ ਆਉਣ ਵਾਲੇ ਕਾਕੇ ਦੇ ਆਹ ਤਾਂ ਬਹੁਤ ਜ਼ਿਆਦਾ ਸੋਹਣਾ ਆ ਕਾਫੀ ਕੱਪੜੇ ਆ ਜਿਹੜੇ ਪਾਏ ਨੀ ਕਦੀ ਵੀ ਜੈਬੂ ਦੇ ਇੱਧਰ ਪਏ ਹੋਏ ਆ ਹੁਣ ਮੈਂ ਸਾਰੇ ਕੱਢਣੇ ਆ ਕੇ ਕਰਕੇ ਕਿੰਨੇ ਕੱਪੜੇ ਆ ਛੋਟੇ ਛੋਟੇ ਆ ਵੀ ਨੀ ਕਦੀ ਪਾਇਆ ਇਹ ਤਾਂ ਪਤਾ ਨੀ ਕਿੰਨੇ ਇੱਦਾਂ ਦੇ ਪਏ ਜਿਹੜੇ ਪਾਏ ਨੀ ਕਦੀ ਵੀ ਪਤਾ ਨੀ ਕਿਹੜਾ ਸੂਟ ਕਹਿੰਦੇ ਨਾ ਮੈਨੂੰ ਤਾਂ ਪਤਾ ਵੀ ਨੀ ਮੈਨੂੰ ਵੀ ਨੀ ਪਤਾ ਆਹ ਮਿਲੀ ਫਰੋਕ ਗਏ ਨੀ ਸਹਿਮ ਆ ਵੀ ਆ ਜਾਣੀ ਹਾਂ ਇਹ ਵੀ ਆ ਜਾਣੀ ਚਲੋ ਦੁਬਾਰਾ ਖੁਸ਼ੀ ਆਉਣ ਲੱਗੀ ਆ ਘਰ ਦੇ ਵਿੱਚ ਹੁਣ ਵਧੀਆ ਲੱਗਦਾ ਰੱਖ ਲੋ ਰੱਖ ਲੋ ਕੋਈ ਨੀ ਅੱਜ ਤੁਸੀਂ ਕੱਪੜੇ ਸਾਰੇ ਕੱਢੋ ਕੱਲ ਨੂੰ ਦੇਖਦੇ ਆਪਾਂ ਕੀ ਨਿਕਲਦਾ ਕੀ ਨਹੀਂ ਅੱਜ ਸਾਰਾ ਆਪਣਾ ਸਾਰਾ ਕੱਪੜੇ ਕੁੱਪੜੇ ਦੇ ਕੱਢ ਕੇ ਰੱਖੀਏ ਫਿਰ ਸ਼ੋਪਿੰਗ ਸ਼ੋਪਿੰਗ ਕਰਕੇ ਆਉਂਦੇ ਆ ਦੀ ਆ ਕੱਪੜੇ ਥੋੜੇ ਹੀ ਆ ਜਾਗੋ ਤੋਂ ਆ ਨਹੀਂ ਹੋਣਾ ਸਾਹਿਬ ਇਹ ਕਿੱਥੇ ਆਉਣਾ ਇਹ ਤਾਂ ਬਹੁਤ ਛੋਟੂ ਆ ਇਹ ਤਾਂ ਨਿੱਕੂ ਕਾਕੇ ਦੇ ਆਊਗਾ ਹੁਣ ਕਾਕਾ ਹੈ ਕਾਕੀ ਜੋ ਵੀ ਹੋਊਗਾ ਹਾਂ ਹਏ ਸਾਹਿਬ ਕਿੰਨਾ ਸਾਹਿਬ ਕਿੰਨੀ ਨਿੱਕੀ ਸੀ ਯਾਰ ਦੇਖਿਓ ਹਾਏ ਪੰਜਾਬੀਆ ਨਿੱਕੇ ਦੇ ਅੱਗੇ ਨਹੀਂ ਆ ਜੰਮਦੀ ਵੀ ਹੈ ਨਿਊ ਬੋਰਨ ਦੀ ਮੈਂ ਕਿਹਾ ਹੁਣ ਜਿੱਦਾਂ ਚੈਬੂ ਦੇ ਟੈਪੀ ਵਗੈਰਾ ਚੇਂਜ ਕਰੀਦੀ ਹੈ ਨਾ ਨਹੀਂ ਨਹੀਂ ਕਰੀਦੀ ਕੁਛ ਵੀ ਕਰੀਦਾ ਚੁੱਪ ਚੁਪੀਤੇ ਮਤਲਬ ਹੋ ਜਾਂਦਾ ਆਰਾਮ ਨਾਲ ਹਨਾ ਵਧੀਆ ਲੱਗਦਾ ਮੈਂ ਕਿਹਾ ਜਦੋਂ ਇਹ ਹੋਈ ਸੀ ਹੋਏ ਮੈਨੂੰ ਅੱਜ ਵੀ ਯਾਦ ਆ ਜਿੱਦਾਂ ਲਿਆਂਦੀ ਸੀ ਮਤਲਬ 5-6 ਦਿਨਾਂ ਬਾਅਦ ਤੋਂ ਛੁੱਟੀ ਮਿਲੀ ਸੀ ਨਾ ਹੋਸਪਿਟਲੋਂ ਮੈਂ ਸਾਹਿਬ ਰਾਤ ਦਾ ਵਿਹਲਾ 11:30 ਵਜੇ ਸਾਹਿਬ ਇਹਨੇ ਕਰ ਦਿੱਤੀ ਪੂਕ ਕਰਤੀ ਇਹਨੇ ਹਾਏ ਜਦੋਂ ਇਹ ਟੈਪੀ ਚੇਂਜ ਕੀਤੀ ਹਾਏ ਇੰਨੀਆਂ ਇੰਨੀਆਂ ਲੱਤਾਂ ਸਾਹਿਬ ਕਹਿਣ ਮੈਨੂੰ ਤਾਂ ਡਰ ਲੱਗਦਾ ਵੀ ਤੂੰ ਕਰ ਮੈਂ ਕਿਹਾ ਨਹੀਂ ਨਹੀਂ ਤੁਸੀਂ ਕਰੋ ਨਹੀਂ ਨਹੀਂ ਤੂੰ ਕਰ ਤੂੰ ਮੰਮੀ ਬਣੀ ਆ ਮੈਂ ਕਿਹਾ ਤੁਸੀਂ ਪਾਪਾ ਬਣੇ ਆ ਸਾਨੂੰ ਅੱਜ ਵੀ ਯਾਦ ਆ ਕਿਤੇ ਡਰ ਕੇ ਡਰ ਕੇ ਕਰੀ ਜਾਂਦਾ ਸੀਗਾ ਚਲੋ ਹੁਣ ਬੇਬੀ ਪਾਲਣ ਦਾ ਐਕਸਪੀਰੀਅੰਸ ਹੋ ਗਿਆ ਇਹ ਤਾਂ ਗੱਲ ਹੈ ਹੁਣ ਤਾਂ ਐਕਸਪੀਰੀਅੰਸ ਆ ਵੀ ਨਹੀਂ ਹੋਣਾ ਸਾਹਿਬ ਹਨਾ ਬਹੁਤ ਕੱਪੜੇ ਇੱਦਾਂ ਤਾਂ ਪਤਾ ਨਹੀਂ ਕਿੰਨੇ ਕੱਪੜੇ ਸਾਰੀ ਰਾਤ ਪੈ ਜਾਣੀ ਆ ਚਲੋ ਕੋਈ ਨਹੀਂ ਆਪਾਂ ਹੁਣ ਲੱਭ ਕੇ ਰੱਖਦੇ ਆ ਨਵੇਂ ਕਾਕੇ ਵਾਸਤੇ ਵੀ ਕੱਪੜੇ ਕੱਢ ਕੇ ਰੱਖ ਲੈਣੇ ਆ ਠੀਕ ਆ ਤੇ ਜੈਬੂ ਵਾਸਤੇ ਵੀ ਰੱਖ ਲੈਣੇ ਬਾਕੀ ਸ਼ੋਪਿੰਗ ਵੀ ਕਰਕੇ ਆਵਾਂਗੇ ਤੇ ਤੁਹਾਨੂੰ ਆਪਾਂ ਹੁਣ ਨੈਕਸਟ ਵਲੌਗ 'ਚ ਮਿਲਦੇ ਹਾਂ ਤੇ ਆਪਾਂ ਥੋੜ੍ਹਾ ਜਿਹਾ ਕੱਢ ਲਈਏ ਹੁਣ ਛਾਂਟ ਲਈਏ ਸਾਰੇ ਕੱਪੜਿਆਂ ਨੂੰ ਠੀਕ ਆ ਤੇ ਇੱਦੇ ਪਿਆਰ ਦਿੰਦੇ ਰਹੋ ਰੋਜ਼ ਰੋਜ਼ ਹੁਣ ਰੋਜ਼ ਰੋਜ਼ ਵਲੌਗ ਆਉਂਦੇ ਰਹੋਗੇ ਠੀਕ ਆ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਵਲੌਗ ਪਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ